हनुमान जी प्रणाम कर रहे ने मुताबिक इदा प्रणाम करते हाथ जोड़ के स्पिरिचुअल वांगू उन्हां नूं प्रणाम करके दिखाया है। जिन्ना चिकर उन्हां ते एफ आई आर नहीं होंगी जां फिल्म बैन का सानूं आश्वासन नहीं मिलता उन्ना चिकर अभी मरण वरतते बैठांगे। जिहड़ा सनातन धर्म के जिहड़ा चमड़ा जिहड़ा वर्जित आ और किसी भी हटे तरह कहीं मंदिर के चल जाओ चमड़ा बिल्कुल वर्जित होंगे बैड तक नहीं यूज की जाती। आदि पुरुष फिल्म का विरोध होना शुरू हो गया है। आदि पुरुष फिल्म दे विच भगवान श्री राम माता सीता लक्ष्मण जी हनुमान जी की वेशभूषा नाल छेड़छाड़ अते कई इतराजो सीन फिल्माए जाने के खिलाफ समुची हिंदू संगठन अते सनातन समाज विच भाई रोस पाया जा रहा है। इस दे चलदियां ही देवी देवते पुरुषां दे विरोध दे विच इस दे चलदियां बाबा सन्नी कचहरी चौक अमृतसर विखे वाल्मीकि समाज वाले मर मर ते बैठ गए। इस मौके श्री महामंडलेश्वर अश्विन महाराज अते वाल्मीकि वीर सेना दे पंजाब दे प्रधान लक्की वैद्या ने कहा कि कुछ निर्देशक अते एक्टर पैस दे लालच दे कारण सनातन धर्म विरुद्ध कोई ना कोई साजी रचते रहते हैं अते इतिहास नूं तोड़ मरोड़ के पेश करते हैं। सनातन धर्म दे विरुद्ध साजी रचन वाले सारे लोगों नूं बख्शा नहीं जाएगा। उन्होंने केंद्र सरकार नूं भी कहा कि इस फिल्म नूं पास करने वाले सेंसर बोर्ड विच बैठे सारे अधिकार के खिलाफ कार्रवाई करनी चाहिए है। उत्थे ही हिंदू जत्थेबंदियों ने डीसी नूं मंग पत्र दिता है कि दोषियों के खिलाफ बनती कार्रवाई की जाए। जय श्री राम। अज साडे महंत जी जिहड़े मरण वरत के बैठे ने ਅਸੀਂ ਉਹਨਾਂ ਦੀ ਸਪੋਰਟ 'ਤੇ ਆਏ ਹਾਂ। ਉਹਨਾਂ ਦੀ ਸਪੋਰਟ 'ਤੇ ਨਹੀਂ ਗੀ ਤੁਹਾਡੀ ਹੀ ਕਰਕੇ ਹੀ ਮਰਨ ਵਰਤ 'ਤੇ ਬੈਠੇ ਨੇ ਜਿਹੜੀ ਕਿ ਇੱਕ ਅੱਜ ਮਾਨਵ ਫਿਲਮ ਰਿਲੀਜ਼ ਹੋ ਰਹੀ ਹੈ ਜਿਹਦੇ ਵਿੱਚ ਮਾਤਾ ਸੀਤਾ ਨੂੰ ਡਾਂਸ ਕਰਦੇ ਦਿਖਾਇਆ ਹੈ, ਪ੍ਰਭੂ ਰਾਮ ਨੂੰ ਚਮੜੇ ਦੇ ਵਸਤਰ ਪਹਿਨੇ ਹੋਏ ਦਿਖਾਏ ਨੇ, ਮਗਰ ਗੁੱਤ ਕੀਤੀ ਦਿਖਾਈ ਹੈ, ਮੁੱਛਾਂ ਕੀਤੀਆਂ ਦਿਖਾਈਆਂ ਨੇ, ਜਿਹਨੂੰ ਮੁਸਲਮਾਨ ਦਾ ਰੂਪ ਦਿਖਾਇਆ ਹੈ, ਜਿਹੜਾ ਕਿ ਹਨੂੰਮਾਨ ਜੀ ਪ੍ਰਣਾਮ ਕਰ ਰਹੇ ਨੇ ਉਹ ਸਾਡੇ ਸੰਸਕ੍ਰਿਤ ਧਰਮ ਦੇ ਮੁਤਾਬਕ ਇਦਾਂ ਪ੍ਰਣਾਮ ਕਰਦੇ ਹੱਥ ਜੋੜ ਕੇ ਉਹ ਐਜ ਏ ਸਪਿਰਿਚੁਅਲ ਵਾਂਗੂ ਉਹਨਾਂ ਨੂੰ ਪ੍ਰਣਾਮ ਕਰਕੇ ਦਿਖਾਇਆ ਆ। ਇਸ ਵਿਰੋਧ ਦੇ ਵਿੱਚ ਅਸੀਂ ਅੱਜ ਤਿੰਨ ਦਿਨ ਪਹਿਲਾਂ ਡੀਸੀ ਸਾਹਿਬ ਨੂੰ ਮਿਲੇ ਹਾਂ, ਉਹਨਾਂ ਨੂੰ ਮੰਗ ਪੱਤਰ ਦਿੱਤਾ। ਅੱਜ ਅਸੀਂ ਭੰਡਾਰ ਸਾਹਿਬ ਨੇ ਸਾਨੂੰ ਬੁਲਾਇਆ ਸੀ, ਉਹਨਾਂ ਨੂੰ ਅਸੀਂ ਮੰਗ ਪੱਤਰ ਦਿੱਤਾ ਆ ਕਿ ਇਹਨਾਂ ਦੇ ਉੱਤੇ ਜਿਹੜਾ ਡਾਇਰੈਕਟਰ ਹੈ ਫਿਲਮ ਦਾ ਉਹਦੇ ਐਫ ਆਈ ਆਰ ਲੌਂਚ ਕੀਤੀ ਜਾਵੇ। ਭੰਡਾਰ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਮੈਂ ਐਫ ਆਈ ਆਰ ਨਹੀਂ ਕਰਨੀ। ਉਹਨਾਂ ਨੇ ਕਲੀਅਰ ਜਵਾਬ ਦਿੱਤਾ ਮੈਂ ਐਫ ਆਈ ਆਰ ਨਹੀਂ ਕਰਨੀ, ਮੈਂ ਜਿੱਦਾਂ ਜਿਕਰ ਆਪਣੇ ਡੀ ਲੀਗਲ ਦੀ ਰਾਏ ਨਹੀਂ ਲਊਗਾ ਜਾਂ ਸੈਂਸਰ ਬੋਰਡ ਤੋਂ ਨਹੀਂ ਪੁੱਛੂਗਾ, ਉਹਨੇ ਜੀ ਮੈਂ ਐਫ ਆਈ ਆਰ ਨਹੀਂ ਕਰਨੀ। ਸਾਨੂੰ ਕਹਿੰਦੇ ਕਿ ਜਿਹੜੇ ਸੰਤ ਜੀ ਧਰਨੇ ਦੇ ਬੈਠੇ ਚੁੱਕਿਆ ਜਾਵੇ, ਪਰ ਅਸੀਂ ਇਸ ਚੀਜ਼ ਦਾ ਜਿੰਨਾ ਚਿਕਰ ਉਹਨਾਂ ਤੇ ਐਫ ਆਈ ਆਰ ਨਹੀਂ ਹੁੰਦੀ ਜਾਂ ਫਿਲਮ ਬੈਨ ਦਾ ਸਾਨੂੰ ਸਵਾਸ਼ਨ ਨਹੀਂ ਮਿਲਦਾ ਉਹਨਾਂ ਚਿਕਰ ਅਸੀਂ ਮਰਨ ਵਰਤ ਦੇ ਬੈਠਾਂਗੇ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਮੇਰਾ ਨਾਮ ਲੱਕੀ ਵਾਲਾ ਜੀ, ਪੰਜਾਬ ਪ੍ਰਧਾਨ ਤੋਂ ਵਾਲਮੀਕਿ ਵੀਰ ਸਾਰਾ। ਮੇਰੇ ਨਾਲ ਸੰਤ ਸਮਾਜ ਤੋਂ ਸੰਤ ਬਾਬਾ ਫਤਿਹ ਨਾਥ ਜੀ, ਜਮਨ ਸਿੰਘ ਨਡਾਲਾ ਜੀ, ਮਹਾਮੰਡਲੇਸ਼ਵਰ ਅਸ਼ਨੀਲ ਮਹਾਰਾਜ ਜੀ। ਅੱਜ ਜਿਹੜਾ ਇਹ ਬਾਬਾ ਸਨੀ ਸੋਤਾ ਜੀ ਜਿਹੜੇ ਆ ਮਰਨ ਵਰਤ ਦੇ ਬੈਠੇ ਆ ਔਰ ਮੌਨ ਵਰਤ ਦੇ ਬੈਠੇ ਆ, ਔਰ ਮਸਲਾ ਆ ਰਿਹਾ ਜੀ ਕਿਤੇ ਮਾਰੀ ਆ ਆਦਿ ਪੁਰਸ਼। ਆਦਿ ਪੁਰਸ਼ ਦੇ ਵਿੱਚ ਜਿਹੜਾ ਜੋ ਭਗਵਾਨ ਵਾਲਮੀਕਿ ਮਹਾਰਾਜ ਜੀ ਲਿਖਿਤ ਰਮਾਇਣ ਸੀਗੀ ਉਹਦੇ ਟੋਟਲੀ ਓਪੋਜਿਟ ਦੀਆਂ ਚੀਜ਼ਾਂ ਦਿਖਾਈਆਂ ਗਈਆਂ ਵਾ, ਜਿਹਦੇ ਵਿੱਚ ਕੁਛ ਦ੍ਰਿਸ਼ ਜਿਹੜੇ ਬਹੁਤ ਆਪਾਂ ਕਹਿ ਜਾਂਦੇ ਹਾਂ, ਔਰ ਮਾਤਾ ਸੀਤਾ ਦੀ ਜਿਹੜੀ ਜਿਹੜੇ ਵਸਤਰ ਪਹਿਨਾਏ ਗਏ ਆ ਉਹਨੂੰ ਬਹੁਤ ਜ਼ਿਆਦਾ ਇੱਕ ਮਲਗਰ ਆ ਕਿ ਨਾਲੇ ਭਗਵਾਨ ਰਾਮ ਜਿਹੜਾ ਰੋਲ ਨਿਭਾ ਰਿਹਾ ਵਾ ਪ੍ਰਵਾਸ ਜਿਹੜਾ ਵਾ ਉਹਦੀਆਂ ਮੁਛਾਂ ਕਰਾਤੀਆਂ। ਔਰ ਸਭ ਤੋਂ ਜਿਹੜੀ ਮਾੜੀ ਗੱਲ ਆ ਉਹਦੇ ਵਿੱਚ ਕਿ ਜਿਹੜਾ ਸਨਾਤਨ ਧਰਮ ਦੇ ਵਿੱਚ ਜਿਹੜਾ ਚਮੜਾ ਜਿਹੜਾ ਵਰਜਿਤ ਆ ਔਰ ਕਿਸੇ ਵੀ ਸਾਡੇ ਤਰ੍ਹਾਂ ਕਹੀਂ ਮੰਦਿਰ ਦੇ ਵਿੱਚ ਚਲ ਜਾਓ ਚਮੜਾ ਬਿਲਕੁਲ ਵਰਜਿਤ ਹੁੰਦਾ, ਬੈਡ ਤੱਕ ਨਹੀਂ ਇਹ 'ਚ ਯੂਜ਼ ਕੀਤੀ ਜਾਂਦੀ। ਪਰ ਫਿਲਮ ਦੇ ਵਿੱਚ ਤੁਸੀਂ ਇੱਕ ਚੀਜ਼ ਦੇਖੋ ਕਿ ਟ੍ਰੇਲਰ 'ਚ ਆਪਾਂ ਦੇਖ ਰਹੇ ਹਾਂ ਕਿ ਪ੍ਰੋਪਰ ਜਿਹੜੀ ਭਗਵਾਨ ਰਾਮ ਦੀ ਜਿਹੜੀ ਰੋਲ ਪਲੇ ਕਰਦਾ ਵਾ ਪ੍ਰਵਾਸ, ਉਹਨੇ ਲੈਦਰ ਦੀ ਜੈਕਟ ਪਾਈ ਆ, ਲੈਦਰ ਦੀ ਬੈਲਟ ਆ, ਔਰ ਜਿਹੜਾ ਸਨਾਤਨ ਸੰਸਕ੍ਰਿਤੀ ਅਨੁਸਾਰ ਜਿਹੜਾ ਜਟਾ ਜੂੜ ਹੁੰਦਾ ਵਾ ਪਿੱਛੇ ਜੂੜਾ ਹੁੰਦਾ ਵਾ ਕੇਸ ਖੁੱਲੇ ਹੁੰਦੇ ਆ, ਇਹਦੇ ਵਿੱਚ ਉਹਨਾਂ ਨੇ ਸਿੰਪਲ ਪੌਣੀ ਕਰ ਦਿੱਤੀ ਆ। ਔਰ ਹਨੂੰਮਾਨ ਜੀ ਦਾ ਜਿਹੜਾ ਜਿਹੜੀ ਜੋ ਹਨੂੰਮਾਨ ਚਾਲੀਸਾ ਦੇ ਅਨੁਸਾਰ ਜਿਹੜੀ ਉਹਨਾਂ ਦਾ ਜਿਹੜਾ ਸਵਰੂਪ ਜਿਹੜਾ ਵਿੱਚ ਮੈਂਸ਼ਨ ਕੀਤਾ ਗਿਆ ਵਾ, ਔਰ ਇਹ ਵੀ ਟੋਟਲ ਓਪੋਜਿਟ, ਨਾ ਉਹਨਾਂ ਦੇ ਜਨੇਊ ਆ, ਨਾ ਉਹਨਾਂ ਦਾ ਕੁੰਡਲਾ ਕੰਨਾ 'ਚ ਅਤੇ ਨਾ ਉਹਨਾਂ ਦੇ ਕੁੰਗਾਲੇ ਵਾਲ ਆ ਜੋ ਹਨੂੰਮਾਨ ਚਾਲੀਸਾ ਕਹਿੰਦੀ ਆ। ਉਹਦੇ ਵਿੱਚ ਕੀ ਕੁਛ ਔਰ ਜਿਹੜਾ ਹਨੂੰਮਾਨ ਜੀ ਨੇ ਰੋਲ ਪਲੇ ਕੀਤਾ ਵਾ ਉਹੀਆਂ ਮੁਛਾੜਾ ਦਿੱਤੀਆਂ ਗਈਆਂ, ਔਰ ਜਿਹੜਾ ਉਹਨਾਂ ਨੂੰ ਇੱਕ ਇਸਲਾਮਿਕ ਯੋਧਾ ਜਿਹੜਾ ਦਿਖਾ ਦਿੱਤਾ ਗਿਆ ਵਾ, ਔਰ ਕਿਸੇ ਪਾਸੇ ਉਹ ਸਨਾਤਨੀ ਵੀਰ ਨਹੀਂ ਲੱਗਦੇ, ਉਹ ਇਸਲਾਮਿਕ ਯੋਧਾ ਲੱਗਦੇ ਪਏ ਆ। ਔਰ ਇੱਕ ਮੇਨ ਜਿਹੜੀ ਚੀਜ਼ ਆ ਜਿਸ ਤਰ੍ਹਾਂ ਕਿ ਸਾਡਾ ਸੰਤ ਸਮਾਜ ਆ, ਤੁਸੀਂ ਸੇਲ ਵਾਲੇ ਨੂੰ ਦੇਖ ਸਕਦੇ ਆ, ਪੰਕਜ ਨਾਥ ਜੀ ਨੇ ਜਿਹੜਾ ਭਗਵਾ ਧਾਰਨ ਕੀਤਾ ਵਾ, ਜਿਹੜਾ ਸਨਾਤਨ ਸੰਸਕ੍ਰਿਤੀ ਜਿਹੜੀ ਮੇਨ ਪਛਾਣ ਆ ਜਿਹੜੀ ਭਗਵਾ ਵਾ, ਔਰ ਇਹਦੇ ਵਿੱਚ ਜਿਹੜੇ ਕਿਰਦਾਰ ਨਿਭਾਏ ਆ ਉਹਨਾਂ ਨੇ ਜਿਹੜਾ ਇੱਕ ਚਿੱਟੇ ਵਸਤਰ ਪਾਏ ਆ, ਚਿੱਟੇ ਵਸਤਰ ਜਿਹੜੇ ਆ ਸਨਾਤਨ ਸੰਸਕ੍ਰਿਤੀ ਵਿੱਚ ਇੱਕ ਸ਼ੋਕ ਦਾ ਪ੍ਰਤੀਕ ਆ,
और बिल्कुल ही जी टोटली अपोजिट है, क्योंकि एक नैरेटिव सैट किया जा रहा वा कि आप जिस वे रमानंद सागर जी की जी रामायण आई थी वो आप देखो कि भी प्रोपर जो उन्होंने भगवान धारण किया है, जिन्हें उदाहरण किया प्रोपर जो रामायण कहती है, जो भगवान वाल्मीकि महाराज की लिखित रामायण कहती है, और अनुसार ही सारे वस्त्र जो धारण किए गए थे। और ये भगवान राम बैल्टा भी पा दी गई, जिन्हें उतार दिए गए, मुछा ला दी, और एक जी चमड़ा पवा दिता गया जी। जी एक चीज है कि जो भरत जी उन्होंने थावान लै गए उस बाद जी सारी यात्रा से भगवान राम ने संन्यास धारण कर लिया और नंगे पैरी की भगवान राम जो सैंडल ही बना दिए गए और जो दृश्य फरमाए गए। एक चीज तुम देखो कि भी किसी ने यह नहीं कहना आप हम जो ट्रेलर चलते पे इन्ने अश्लील पक्के कमेंट्स आ रहे हैं और लोग लिख रहे हैं कि प्रभास या कृति सैनन जी है यह नहीं है, राम से सीता का जरा वा जो किरदार लोगों के माइंड सैट किया जा रहा वा कि आने वाली जी पीढ़ी है, क्योंकि जो आप माइंड देखी सी हूँ साढ़े दिमाग वो चीज़ आ जो साड़ी सनातन संस्कृति कहती है, पर आने वाली पीढ़ी है जी उन्होंने दिमाग में यह सैट हो जाना वा कि रामचंद्र जी का रूप यह माता का सीता का रूप यह और एक बड़ी एक सोची समझी और एक निके निके पॉइंट नोटिस करके जीतना कि आदि पुरुष तो मतलब रची गई रचना हुई है कि भी जड़िया चीजा ये हम ये रामायण के दिखा दी गई वा मतलब भी ये कहने का भाव कि यह चीजा घरों ही चल दया आ रही थी आने वाली पीढ़ी में जोड़ा एक साढ़े धर्म ग्रंथों को बिल्कुल दूर किया जा रहा वा। और अच्छ इसी संबंध में मंगलवार को असी डी सी साहब ने एक मंग पत्र दसी थी कि फिल्म बैन की जाए और जी इन स्टारकास्ट का जो डायरैक्टर है इन्होंने जरा 200 चैनल का पर्चा दर्ज किया जाए। और अज आप डी सी पी साहब लाल नायडू साहब को मिले थे पर उन्होंने सू कोई ना कोई आश्वासन दिता वा तो ना कोई कार्रवाई मांगी की है कि दो साढ़िया मंगा सी एक तो फिल्म बैन किया जाए और स्टारकास्ट का पर्चा दर्ज किया जाए। साढ़िया दोनों मंगा नहीं प्रशासन ने मंगी हैं इस करके जो संत बाबा सनी नाथ जी वालों जरा प्रण लिता गया वो लगातार ही चलता रहेगा जिन्हें चिंता साढ़िया जी मंगा नहीं मनिया जा रही, क्योंकि कल जी है फिल्म रिलीज होने जा रही है उस बाद जो हिंदू जथेबंदियां भी आ रही वा हिंदू संत समाज भी आ रहा वाल्मीकि संत समाज के जोड़े मेन। एवर पंजाबी टीवी लई अमृतसर तो सुनील खोसला रिपोर्ट।